और इसमें मटर डाले, गाजर डालिए, चिकन बोनलेस कीमा डाला। अच्छा जी, चिली सॉस सोया सॉस डाला। ठीक है, आगे चले जाओ। अंकल जी माड़ा जी काट के खाओ ना थोड़ा यार। नहीं ठीक है, माशाल्लाह जी बड़े प्यारा कमाल हो गया जी। ਇਹ ਪਿੰਡਾਂ ਦੀਆਂ ਸ਼ਾਦੀਆਂ 'ਚ ਇੱਦਾਂ ਹੀ ਵਗਦਾ ਜੀ। ਮੌਜ ਤੋਂ ਚੈੱਕ ਕਰੋ ਇੱਥੇ ਨਾ ਜੀ। ਪਿੰਡਾਂ 'ਚ ਇਹ ਸਿਸਟਮ ਹੁੰਦਾ ਕਿ 200 ਦੇਗ ਹੁੰਦੀ ਆ, 100 ਦੇਗ, ਡੇਢ 200 ਦੇਗ ਹੁੰਦੀ ਆ, ਅਤੇ ਮਾਹੌਲ ਇੱਦਾਂ ਦਾ ਹੁੰਦਾ। ਪਕਾਉਣ ਵਾਸਤੇ ਵਾਧੂ ਬੰਦੇ ਹੁੰਦੇ ਆ, ਹੈਲਪ ਕਰਨ ਵਾਲੇ ਗਣੇ ਹੁੰਦੇ ਆ ਨਾਲ ਨਾਈਆਂ ਦੇ। ਇਹ ਚੈੱਕ ਕਰੋ, ਪਿੱਛੇ ਦੇਗਾਂ ਨੂੰ ਦਮ ਦੇ ਕੇ ਰੱਖ ਛੱਡਿਆ, ਉੱਧਰ ਦੇਗਾਂ ਨੂੰ ਦਮ ਦੇ ਛੱਡਿਆ, ਇੱਧਰ ਇਹ ਗੋਸ਼ਤ ਪਿਆ। ਅਤੇ ਵੇਖੋ ਚਾਚੇ ਹੋਰੀ ਜਿਹੜਾ ਜਨਾਬੇ ਵਾਲਾ ਬਾਲਣ ਲਾਉਂਦੇ ਪੈ ਜੇ। ਅਤੇ ਇਹ ਵੇਖੋ ਅੰਕਲ ਹੋਰੀ ਜਿਹੜਾ ਇਹ ਕੀ ਪਾਈ ਜਾ ਰਹੇ ਜੀ? ਜੀਰਾ ਪਾ ਰਹੇ ਜੀ। ਜੀਰਾ ਸਾਹ ਜੀਰਾ ਜੀ, ਕਿਆ ਜੀਰਾ ਪਾ ਰਹੇ ਜੀ? ਹਾਂਜੀ ਹਾਂਜੀ, ਜੀਰਾ ਸਾਹ ਇਹਨਾਂ 'ਚ ਵੀ ਪਾਉਣਾ? ਗਰਮ ਮਸਾਲਾ, ਗਰਮ ਮਸਾਲਾ ਅਤੇ ਜੀਰਾ ਸਫੈਦ। ਦੇਖੋ ਨਾਲ ਪਤੀਲੇ ਪੱਕੇ ਹੋ ਗਏ, ਜਿਹੜੇ ਪੱਕ ਗਏ ਉਹ ਸਾਈਡ 'ਤੇ ਰੱਖ ਛੱਡਿਆ। ਹਾਂਜੀ, ਅਤੇ ਇੱਧਰ ਵੇਖੋ ਨਾਲ ਜਿਹੜੀਆਂ ਦੇਗਾਂ ਪੱਕ ਰਹੀਆਂ ਉਹਨਾਂ 'ਚ ਗਰਮ ਮਸਾਲਾ ਅਤੇ ਜੀਰਾ ਵਗੈਰਾ ਪਾਉਂਦੇ ਪਏ ਬਾਈ ਹੋਰੀ। ਚੈੱਕ ਕਰੋ ਜੀ, ਨਿਜ਼ਾਮ ਚੱਲਦਾ ਹੀ ਪਿਆ, ਹਾਲੇ ਤੱਕ ਪਕਵਾਨ ਪੱਕਦਾ ਹੀ ਪਿਆ। ਲਓ ਜੀ ਸਾਰਾ ਹੀ ਪਾ ਛੱਡਿਆ। ਇਹ ਜੀ ਚਾਈਨੀਜ਼ ਚਾਵਲ ਜਿਹੜੇ ਤਿਆਰ ਹੋ ਗਿਆ, ਇਹਨੂੰ ਪਤੀਲਾ ਚੁੱਕਣ ਲੱਗੇ। ਚੱਲ ਥੱਲੇ ਨੇ ਕੋਇਲੇ ਵੀ ਰੱਖੇ ਹੋਇਆ ਤਾਂ ਕਿ ਜਿਹੜੇ ਨਾ ਇਹਨੂੰ ਦਮ ਆ ਜਾਵੇ। ਇੱਕ ਵਾਰ ਇਹਨੂੰ ਹੁਣ ਸਿੱਧਾ ਕਰਦੇ ਜਾਣਾ ਨੂੰ ਲਾਰ ਜੇ ਹੋ ਗਿਆ ਜੀ ਆਪਣੇ ਤਿਆਰ ਚਾਈਨੀਜ਼? ਪੱਕ ਗਿਆ ਨਾ ਫੁੱਲ, ਦਮ ਰਹਿ ਗਿਆ ਇਹਨੂੰ ਬਸ। ਵੀਰ ਜੀ ਜਿਹੜਾ ਨਾ ਜਿਹੜਾ ਕੋਇਲਾ ਲੈ ਕੇ ਨਾ ਉੱਪਰ ਲਗਾ ਰਿਹਾ, ਇਹ ਉੱਪਰ ਲਗਾ ਰਿਹਾ ਜੀ, ਇਹ ਦਮ ਦੇ ਰਿਹਾ ਜੀ। ਬੀਫ ਤਿਆਰ ਹੋ ਚੁੱਕਿਆ, ਕੁਛ ਦੇਗਾਂ ਜਿਹੜੀਆਂ ਤਿਆਰ ਹੋ ਗਈਆਂ ਇੱਥੇ ਜੀ ਨਾ। ਜ਼ਿਆਦਾ ਦੇਗਾਂ ਜਿਹੜੀਆਂ ਪੱਕਦੀਆਂ ਪਿੰਡਾਂ ਥਾਵਾਂ 'ਚ, ਅਤੇ ਇਹ ਵੇਖੋ ਇੱਧਰ ਦੇਗਾਂ ਉਤਰ ਗਈਆਂ ਜਿਹੜੀਆਂ ਪੱਕ ਗਈਆਂ ਉਹ ਥੱਲੇ ਲਾਹ ਲਈਆਂ, ਉਹਨਾਂ ਨੂੰ ਜਿਹੜਾ ਦਮ ਦੇ ਛੱਡਿਆ, ਅਤੇ ਬਾਕੀ ਜਿਹੜੀਆਂ ਦੇਗਾਂ ਤਿਆਰ ਹੋ ਰਹੀਆਂ ਪੱਕਦੀਆਂ ਪਈਆਂ ਨੂੰ ਉਹਨਾਂ ਨੂੰ ਚੁੱਲ੍ਹਿਆਂ ਦੇ ਉੱਤੇ ਹੀ ਰੱਖਿਆ ਹੋਇਆ, ਅਤੇ ਕੰਮ ਜਾਰੀ ਹੈ ਇਹਨੇ। ਹੋਰ ਚੀਜ਼ ਮਦਦ ਦੀ ਵਿਖਾ ਜਾਈਏ ਵੀ ਇੱਥੇ ਪਾਣੀ ਵੀ ਕੋਈ ਨਹੀਂ ਆ ਨਾਲ, ਅਤੇ ਪਾਣੀ ਵਾਸਤੇ ਇਹ ਟੈਂਕਰ ਭਰ ਕੇ ਲਿਆਂਦਾ ਹੋਇਆ। ਇਹ ਟੈਂਕਰ ਵੀ ਇਹ ਟੈਂਕਰ ਪਾਣੀ ਦਾ, ਅਤੇ ਇਹਦੇ 'ਚ ਵੀ ਪਾਣੀ ਇਸਤੇਮਾਲ ਕੀਤੀ ਜਾ ਰਿਹਾ, ਇੱਥੇ ਚਾਵਲ ਸ਼ਾਵਲ ਧੋ ਰਹੇ ਨੇ, ਅਤੇ ਪਾਣੀ ਵਗੈਰਾ ਭਰਦੇ ਪੈ ਰਹੇ। ਹਾਲੇ ਚਿਕਨ ਵੀ ਇੱਥੇ ਪਿਆ, ਚਿਕਨ ਵੀ ਵਾਸ਼ ਹੋ ਗਿਆ ਜੀ, ਰੀਜ ਗਿਆ। ਉੱਧਰ ਚੈੱਕ ਕਰੋ ਦੇਗਾਂ ਥੱਲੇ ਆ ਕੇ ਲੱਗਣ ਨਹੀਂ, ਪੈਟਰੋਲ ਲਾਈ ਜਾ ਰਹੇ ਨੇ, ਸਿਸਟਮ ਕੈਰੀ ਆਨ ਹੈ ਜੀ। ਇਹ ਚੈੱਕ ਕਰੋ ਜੀ, ਇਹ ਹੋ ਗਈ ਤਿਆਰ ਦੇਗ। ਇਹ ਚੈੱਕ ਕਰੋ ਜੀ, ਇਹ ਬੀਫ ਤਿਆਰ ਹੋ ਗਿਆ, ਇਹ ਵੀ ਹੋ ਗਿਆ ਨਾਲ ਵਾਲਾ ਤਿਆਰ। ਹਾਂਜੀ ਤਕਰੀਬਨ ਤਿਆਰ ਹੈ ਜੀ, ਥੋੜ੍ਹੇ
ਇਹ ਛੜੀਆਂ ਦੀ ਅੱਗ ਲਾ ਛੜੀਆਂ ਦੀ ਥੱਲੇ ਖਾਣੇ ਛੜੀਆਂ ਬਾਲ ਸੁੱਕਾ ਨਹੀਂ ਸੀ ਨਾ ਖਿਆਲ ਤਾਂ ਕਰਦੇ ਆ ਮੰਜਾ ਰੱਖਿਆ ਹੋਇਆ ਆ ਚੈੱਕ ਕਰੋ ਜੀ ਇਹ ਦੇਗਾ ਹੁੰਦਾ ਮੈਂ ਇਸ ਤਰ੍ਹਾਂ ਦੇ ਕੋਇਲੇ ਜਿਹੜੇ ਨਾ ਦੇਗ ਦੀ ਕੱਛਾ ਤੇ ਰੱਖ ਛੜੀ ਨੇ ਤਾਂ ਕਿ ਦਮ ਆ ਜਾਵੇ ਪੱਕ ਜਾਵੇ ਬਾਕੀ ਜਿਹੜਾ ਕਸਰ ਮਸਰ ਰਹਿ ਜਾਂਦੀ ਹੈ ਵਾਧੂ ਨਾਈ ਹੈ ਨਹੀਂ ਕਿੰਨੇ ਨਾਈ ਹੈ ਅੰਕਲ ਜੀ ਸਾਰੇ ਟੋਟਲ ਇੱਥੇ ਪਕਾਉਂ ਵਾ ਪਕਵਾਨ ਸੱਤ ਨਾਈ ਹੈ ਸੱਤ ਨਾਈ ਹੈ ਸੱਤ ਰਾਜੇ ਲੇਬਰ ਕਿੰਨੇ ਨਾਲ ਕਿੰਨੇ ਬੰਦੇ ਪਕਵਾਨ ਵਾਲੇ ਹੈਲਪਰ ਚਾਰ ਪੰਜ ਪੰਜ ਹੋਏ ਕਾਰੀਗਰ ਬਾਕੀ ਹੈਲਪਰ ਹੀ ਬਾਕੀ ਚਾਰ माल सीन चेक करो जी पीछे पंडियाल ये खान पकान का इंतजाम थले मजा और पैलियां चेक करो जी कमाल का मंजर है ना जी यही पिंड के नज़ारे होंगे जी अंकल जी अब जो तो देखो आओ जी आओ आओ पैकिंग शुरू हो गई है जी फाइल पेपर रोस्ट तैयार करके बंद कर दें ठंडा ना हो ऐसे करो जी इस तरह बंद करता भी अपनी बरादरी का लाड़ा ऐसा नहीं अपने चाइनीज चावल हो गया तैयार दिखाओ ना सानू अभी दिखाता हूं एक कोई काम आओ जी ए चक्कर जी आग बांबड़ बचा छड़े यार डीजल ना केड़ा दम फटना जी इतना चुच नहीं लानी छोड़ना मैं सच दम पर लगा ए एनु कितना टाइम लगे है पहले इन तैयार किया मसाला जात लगाया ने हां जी स्टीम नु हां जी ते फिर एनु पहले फ्राई किया पूरी रात अच्छा जी ए 14 मिनट फ्राई करने के बाद इसको दही में टमाटर का जी अदरक पाउडर लहसुन पाउडर फिश पाउडर चाट मसाला अच्छा जी सब चिली चिली गार्लिक हाँ लगा के हमने इसको दही में मिला के तैयार किया फिर इसको दम दिया जीवन 50 मिनट 50 मिनट दम दिता जी जी इन्होंने उत्ते कोयले रख के तैयार हो गया तो हम पेपर जोड़ा ना जी पैक हो रहे हैं ताकि ठंडे ना हो हम अपना खाना बिल तकरीबन ज़्यादा तो ज़्यादा तैयार हो चुका है लो जी आप हम दोनों खान लगे हैं जी कि दोनों स्टीम खाया जी रोस्ट अब चाइनीज फ्राई हाँ जी अब हम दोनों सी खान लगे हैं जी चाइनीज चावल ऐ दम दे के रखे हैं यार कर्सी दे दोगे कोई पता नहीं मिलता कोई क्या आसान है अभी रोस्ट थले आ दिया तो तेल चल गई आ थले आ गई पर आप तरह फिर लेकर आ रोस्ट आने के रखे थले आ गए डीजल पा रहे बांबड़ बचा रहे हैं थैंक यू यार पटवार और कर्सी एक मेहरबानी लो जी ए दम फट छड़िया जी लो माशाल्लाह ए करो जी ए जी चाइनीज चावल चार देगा तीन ए चार देगा दा जी ए पतीला ओना चार देगा दे बराबर दा जी चार देगा ओने एक पतीला बराबर दा माशा